ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਤਨਾਤ ਪੁਲਿਸ ਵਾਲੇ ਆਪਸ ਦੇ ਵਿੱਚ ਭਿੜੇ ਹੈ। ਇਹ ਰਾਤ ਦੀ ਘਟਨਾ ਦੱਸੀ ਜਾਂਦੀ ਹੈ। ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਦੋ ਗਨਮੈਨ ਹੈ ਜਿਹੜੇ, ਉਹਨਾਂ ਨੇ ਇੱਕ ਗੁਰਦੀਪ ਸਿੰਘ ਨਾਂ ਦੇ ਗਨਮੈਨ 'ਤੇ ਹਮਲਾ ਕਰ ਦਿੱਤਾ, ਜਿਸ ਕਰਕੇ ਉਸਦੇ 10 ਟੰਕੇ ਹੈ ਜਿਹੜੇ ਸਿਰ ਦੇ ਵਿੱਚ ਲੱਗੇ ਆ। ਮਾਨਸਾ ਦੇ ਸਿਵਲ ਹਸਪਤਾਲ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ। ਲੰਮੇ ਸਮੇਂ ਤੋਂ ਗਨਮੈਨ ਹੈ ਜਿਹੜੇ, ਉਹ ਇਸ ਹਵੇਲੀ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਸਿਕਿਉਰਿਟੀ 'ਤੇ ਲੱਗੇ ਹੋਏ ਸੀ, ਜਿਸ ਕਰਕੇ ਰਾਤ ਦੀ ਘਟਨਾ 'ਤੇ ਜ਼ਖਮੀ ਹਾਲਤ ਦੇ ਵਿੱਚ ਗੁਰਦੀਪ ਸਿੰਘ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦੇ ਸਿਰ ਦੇ ਵਿੱਚ ਜਿਹੜੇ ਟੰਕੇ ਲਾਏ ਗਏ ਆ। ਫਿਲਹਾਲ ਉਸਦੀ ਹਾਲਤ ਹੈ ਜਿਹੜੀ ਸਥਿਰ ਬਣੀ ਹੋਈ ਹੈ, ਪਰੰਤੂ ਹਜੇ ਤੱਕ ਪੁਲਿਸ ਨੇ ਉਸ ਦੇ ਬਿਆਨ ਹੈ ਜਿਹੜੇ ਦੱਸਦੇ ਆ ਕਿ ਹਜੇ ਤੱਕ ਦਰਜ ਨਹੀਂ ਕੀਤੇ ਗਏ, ਪਰੰਤੂ ਪੁਲਿਸ ਜ਼ਰੂਰ ਪਹੁੰਚੀ ਹੋਈ ਹੈ ਬਿਆਨ ਲੈਣ ਵਾਸਤੇ, ਅਤੇ ਉਸ ਦਾ ਜਿਹੜਾ ਰਿਕਾਰਡ ਹੈ ਹਸਪਤਾਲ ਵਿੱਚੋਂ ਲਿਆ ਜਾ ਰਿਹਾ। ਪਰੰਤੂ ਸੂਤਰਾਂ ਤੋਂ ਪਤਾ ਲੱਗਿਆ ਕਿ ਉਸ ਗਨਮੈਨ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਕੋਈ ਕਾਰਵਾਈ ਨਾ ਕਰਵਾਵੇ, ਜਦਕਿ ਜਿਹੜਾ ਜ਼ਖਮੀ ਗਨਮੈਨ ਹੈ ਉਹ ਲਗਾਤਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਪਰੰਤੂ ਰਾਤ ਦੀ ਘਟਨਾ ਹੋਣ ਦੇ ਬਾਵਜੂਦ ਇਹ ਜਿਹੜੀ ਕਾਰਵਾਈ ਹੈ ਹਜੇ ਤੱਕ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ, ਜਿਸ ਕਰਕੇ ਵੱਡਾ ਸਵਾਲ ਬਣਦਾ ਕਿ ਪ੍ਰਸ਼ਾਸਨ ਆਪਣੇ ਮੁਲਾਜ਼ਮ ਦੀ ਜਿਹੜੀ ਹੈ ਸੁਰੱਖਿਆ ਉਹ ਨਹੀਂ ਕਰ ਸਕਦਾ, ਅਤੇ ਆਮ ਲੋਕਾਂ ਦਾ ਕੀ ਹਾਲ ਹੋਵੇ। ਦੇਵ ਸ਼ਰਮਾ, ਨਿਊਜ਼ 18, ਮਾਨਸਾ। ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਤਨਾਤ ਪੁਲਿਸ ਵਾਲੇ ਆਪਸ ਦੇ ਵਿੱਚ ਭਿੜੇ ਹੈ। ਇਹ ਰਾਤ ਦੀ ਘਟਨਾ ਦੱਸੀ ਜਾਂਦੀ ਹੈ। ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਦੋ ਗਨਮੈਨ ਹੈ ਜਿਹੜੇ, ਉਹਨਾਂ ਨੇ ਇੱਕ ਗੁਰਦੀਪ ਸਿੰਘ ਨਾਂ ਦੇ ਗਨਮੈਨ 'ਤੇ ਹਮਲਾ ਕਰ ਦਿੱਤਾ, ਜਿਸ ਕਰਕੇ ਉਸਦੇ 10 ਟੰਕੇ ਹੈ ਜਿਹੜੇ ਸਿਰ ਦੇ ਵਿੱਚ ਲੱਗੇ ਆ। ਮਾਨਸਾ ਦੇ ਸਿਵਲ ਹਸਪਤਾਲ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ। ਲੰਮੇ ਸਮੇਂ ਤੋਂ ਗਨਮੈਨ ਹੈ ਜਿਹੜੇ, ਉਹ ਇਸ ਹਵੇਲੀ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਸਿਕਿਉਰਿਟੀ 'ਤੇ ਲੱਗੇ ਹੋਏ ਸੀ, ਜਿਸ ਕਰਕੇ ਰਾਤ ਦੀ ਘਟਨਾ 'ਤੇ ਜ਼ਖਮੀ ਹਾਲਤ ਦੇ ਵਿੱਚ ਗੁਰਦੀਪ ਸਿੰਘ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦੇ ਸਿਰ ਦੇ ਵਿੱਚ ਜਿਹੜੇ ਟੰਕੇ ਲਾਏ ਗਏ ਆ। ਫਿਲਹਾਲ ਉਸਦੀ ਹਾਲਤ ਹੈ ਜਿਹੜੀ ਸਥਿਰ ਬਣੀ ਹੋਈ ਹੈ, ਪਰੰਤੂ ਹਜੇ ਤੱਕ ਪੁਲਿਸ ਨੇ ਉਸ ਦੇ ਬਿਆਨ ਹੈ ਜਿਹੜੇ ਦੱਸਦੇ ਆ ਕਿ ਹਜੇ ਤੱਕ ਦਰਜ ਨਹੀਂ ਕੀਤੇ ਗਏ, ਪਰੰਤੂ ਪੁਲਿਸ ਜ਼ਰੂਰ ਪਹੁੰਚੀ ਹੋਈ ਹੈ ਬਿਆਨ ਲੈਣ ਵਾਸਤੇ, ਅਤੇ ਉਸ ਦਾ ਜਿਹੜਾ ਰਿਕਾਰਡ ਹੈ ਹਸਪਤਾਲ ਵਿੱਚੋਂ ਲਿਆ ਜਾ ਰਿਹਾ। ਪਰੰਤੂ ਸੂਤਰਾਂ ਤੋਂ ਪਤਾ ਲੱਗਿਆ ਕਿ ਉਸ ਗਨਮੈਨ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਕੋਈ ਕਾਰਵਾਈ ਨਾ ਕਰਵਾਵੇ, ਜਦਕਿ ਜਿਹੜਾ ਜ਼ਖਮੀ ਗਨਮੈਨ ਹੈ ਉਹ ਲਗਾਤਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਪਰੰਤੂ ਰਾਤ ਦੀ ਘਟਨਾ ਹੋਣ ਦੇ ਬਾਵਜੂਦ ਇਹ ਜਿਹੜੀ ਕਾਰਵਾਈ ਹੈ ਹਜੇ ਤੱਕ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ, ਜਿਸ ਕਰਕੇ ਵੱਡਾ ਸਵਾਲ ਬਣਦਾ ਕਿ ਪ੍ਰਸ਼ਾਸਨ ਆਪਣੇ ਮੁਲਾਜ਼ਮ ਦੀ ਜਿਹੜੀ ਹੈ ਸੁਰੱਖਿਆ ਉਹ ਨਹੀਂ ਕਰ ਸਕਦਾ, ਅਤੇ ਆਮ ਲੋਕਾਂ ਦਾ ਕੀ ਹਾਲ ਹੋਵੇ। ਦੇਵ ਸ਼ਰਮਾ, ਨਿਊਜ਼ 18, ਮਾਨਸਾ। ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਤਨਾਤ ਪੁਲਿਸ ਵਾਲੇ ਆਪਸ ਦੇ ਵਿੱਚ ਭਿੜੇ ਹੈ। ਇਹ ਰਾਤ ਦੀ ਘਟਨਾ ਦੱਸੀ ਜਾਂਦੀ ਹੈ। ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਦੋ ਗਨਮੈਨ ਹੈ ਜਿਹੜੇ, ਉਹਨਾਂ ਨੇ ਇੱਕ ਗੁਰਦੀਪ ਸਿੰਘ ਨਾਂ ਦੇ ਗਨਮੈਨ 'ਤੇ ਹਮਲਾ ਕਰ ਦਿੱਤਾ, ਜਿਸ ਕਰਕੇ ਉਸਦੇ 10 ਟੰਕੇ ਹੈ ਜਿਹੜੇ ਸਿਰ ਦੇ ਵਿੱਚ ਲੱਗੇ ਆ। ਮਾਨਸਾ ਦੇ ਸਿਵਲ ਹਸਪਤਾਲ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ। ਲੰਮੇ ਸਮੇਂ ਤੋਂ ਗਨਮੈਨ ਹੈ ਜਿਹੜੇ, ਉਹ ਇਸ ਹਵੇਲੀ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਸਿਕਿਉਰਿਟੀ 'ਤੇ ਲੱਗੇ ਹੋਏ ਸੀ, ਜਿਸ ਕਰਕੇ ਰਾਤ ਦੀ ਘਟਨਾ 'ਤੇ ਜ਼ਖਮੀ ਹਾਲਤ ਦੇ ਵਿੱਚ ਗੁਰਦੀਪ ਸਿੰਘ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦੇ ਸਿਰ ਦੇ ਵਿੱਚ ਜਿਹੜੇ ਟੰਕੇ ਲਾਏ ਗਏ ਆ। ਫਿਲਹਾਲ ਉਸਦੀ ਹਾਲਤ ਹੈ ਜਿਹੜੀ ਸਥਿਰ ਬਣੀ ਹੋਈ ਹੈ, ਪਰੰਤੂ ਹਜੇ ਤੱਕ ਪੁਲਿਸ ਨੇ ਉਸ ਦੇ ਬਿਆਨ ਹੈ ਜਿਹੜੇ ਦੱਸਦੇ ਆ ਕਿ ਹਜੇ ਤੱਕ ਦਰਜ ਨਹੀਂ ਕੀਤੇ ਗਏ, ਪਰੰਤੂ ਪੁਲਿਸ ਜ਼ਰੂਰ ਪਹੁੰਚੀ ਹੋਈ ਹੈ ਬਿਆਨ ਲੈਣ ਵਾਸਤੇ, ਅਤੇ ਉਸ ਦਾ ਜਿਹੜਾ ਰਿਕਾਰਡ ਹੈ ਹਸਪਤਾਲ ਵਿੱਚੋਂ ਲਿਆ ਜਾ ਰਿਹਾ। ਪਰੰਤੂ ਸੂਤਰਾਂ ਤੋਂ ਪਤਾ ਲੱਗਿਆ ਕਿ ਉਸ ਗਨਮੈਨ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਕੋਈ ਕਾਰਵਾਈ ਨਾ ਕਰਵਾਵੇ, ਜਦਕਿ ਜਿਹੜਾ ਜ਼ਖਮੀ ਗਨਮੈਨ ਹੈ ਉਹ ਲਗਾਤਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਪਰੰਤੂ
ਰਾਤ ਦੀ ਘਟਨਾ ਹੋਣ ਦੇ ਬਾਵਜੂਦ ਇਹ ਜਿਹੜੀ ਕਾਰਵਾਈ ਹੈ ਹਜੇ ਤੱਕ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ, ਜਿਸ ਕਰਕੇ ਵੱਡਾ ਸਵਾਲ ਬਣਦਾ ਹੈ ਕਿ ਪ੍ਰਸ਼ਾਸਨ ਆਪਣੇ ਮੁਲਾਜ਼ਮ ਦੀ ਜਿਹੜੀ ਹੈ ਸੁਰੱਖਿਆ ਉਹ ਨਹੀਂ ਕਰ ਸਕਦਾ ਅਤੇ ਆਮ ਲੋਕਾਂ ਦਾ ਕੀ ਹਾਲ ਹੋਵੇ। ਲੇਵ ਸ਼ਰਮਾ, ਨਿਊਜ਼ 18, ਮਾਨਸਾ।